ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਸਮੁੱਚੇ ਹੀ ਕਿਸਾਨਾਂ ਵੱਲੋਂ ਖੇਤੀ ਨੂੰ ਬਚਾਉਣ ਵਾਸਤੇ ਜੋ ਸੰਘਰਸ਼ ਚੱਲ ਰਿਹਾ ਹੈ ਕਰੀਬ 100 ਦਿਨਾਂ ਤੋਂ ਉੱਤੇ ਹੋ ਚੁੱਕਾ ਹੈ। ਸੋ ਇੱਥੇ ਸਾਰੇ ਕਿਸਾਨਾਂ ਵਾਸਤੇ ਜਿੱਥੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ, ਸੋ ਇੱਥੇ ਅੱਜ ਸਾਡੇ ਚੱਕ ਰਾਮੂ ਨਗਰ ਤੋਂ ਜੋ ਕਿ ਜ਼ਿਲ੍ਹਾ ਨਵੇਂ ਸ਼ਹਿਰ ਦਾ ਸ਼ਹੀਦ ਭਗਤ ਸਿੰਘ ਨਗਰ ਦਾ ਬਹੁਤ ਹੀ ਵਧੀਆ ਪਿੰਡ ਹੈ, ਸੋ ਉੱਥੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਬਲਵੀਰ ਕੌਰ ਜੀ, ਸੋ ਜਥੇਦਾਰ ਮਨਜੀਤ ਸਿੰਘ ਜੀ, ਸੋ ਚੱਕ ਰਾਮੂ ਤੋਂ ਨਾਲ ਹੋਰ ਵੀ ਸੰਗਤ ਅਤੇ ਜਥਾ ਲੈ ਕੇ ਅੱਜ ਇੱਥੇ ਸਿੰਘੂ ਬਾਰਡਰ 'ਤੇ ਪਹੁੰਚੇ ਆ, ਨਾਲ ਲੰਗਰਾਂ ਵਾਸਤੇ ਰਸਤਾਂ ਵਸਤਾਂ ਰਾਸ਼ਨ ਲੈ ਕੇ ਆਏ ਆ ਸੰਗਤ ਵਾਸਤੇ। ਸੋ ਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੋ ਉਹਨਾਂ ਵੱਲੋਂ ਇਹ ਸਾਰੀਆਂ ਸਿੰਘੂ ਬਾਰਡਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਸੋ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਜਿਵੇਂ ਚੱਕ ਰਾਮੂ ਦੀ ਸਾਰੀ ਸੰਗਤ ਨੇ ਇਹ ਲੰਗਰਾਂ ਦੀ ਸੇਵਾ ਕੀਤੀ ਹੈ ਅਤੇ ਜਥਾ ਲੈ ਕੇ ਸਾਰੇ ਆਏ ਹੈ, ਸੋ ਇਸੇ ਤਰ੍ਹਾਂ ਆਪਾਂ ਸਾਰੇ ਜਾਣੇ ਆਪਣਾ ਬਣਦਾ ਫਰਜ਼ ਨਿਭਾਈਏ, ਸਾਰੇ ਜਾਣੇ ਆਪਾਂ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਸੋ ਇਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਈਏ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।